ਤੁਸੀਂ ਜਦੋਂ ਸ਼ਰੇਆਮ ਪੋਸਟ ਪਾ ਕੇ ਜਾਂ ਬਿਆਨ ਦਿੰਦੇ ਹੋਏ ਬੇਬਾਕੀ ਨਾਲ ਕਹਿ ਦਿੰਦੇ ਹੋ ਇੱਕ ਮਨੁੱਖ ਹੋਣ ਦੇ ਨਾਤੇ ਡਰ ਨਹੀਂ ਲੱਗਦਾ ਜਦੋਂ ਕਹਿੰਦੇ ਹੋ ਕਿ ਸਾਰੇ ਇਨਕਾਊਂਟਰ ਫੜ ਕੇ ਇਨਕਾਊਂਟਰ ਹੀ ਕਰ ਦਿਓ ਸਾਰਿਆਂ ਦਾ ਗੈਂਗਸਟਰ ਜਿੰਨੇ ਆ ਜਿਹੜੇ ਗਲਤ ਲੋਕੀ ਨੇ ਉਹ ਗਲਤ ਲੋਕੀ ਨੇ ਇਹਦੇ 'ਚ ਮੈਂ ਮਾੜਾ ਕੀ ਕਹਿ ਦਿੱਤਾ ਕਿ ਉਹ ਤਸੱਲੀ ਨਹੀਂ ਹੋਈ ਉਹਨਾਂ ਨੂੰ ਕਿ ਇਨਸਾਫ ਮਿਲਿਆ ਉਹ ਕਹਿੰਦੇ ਦੋ ਜੇ ਇਨਕਾਊਂਟਰ ਕਰ ਦਿੱਤਾ ਗੈਂਗਸਟਰਾਂ ਦਾ ਸਾਨੂੰ ਇਹਦੇ ਨਾਲ ਤਸੱਲੀ ਨਹੀਂ ਹੈ ਉਹਨਾਂ ਨੂੰ ਲੱਗਦਾ ਵੀ ਇਹ ਬੰਦਾ ਹਜੇ ਤੱਕ ਜੇਲ੍ਹ 'ਚ ਬੈਠਾ ਹੈ ਸ਼ਰੇਆਮ ਧਮਕੀਆਂ ਦੇ ਰਿਹਾ ਹੈ ਇਹਨੂੰ ਪੁਲਿਸ ਕਿਉਂ ਨਹੀਂ ਕੁਛ ਕਹਿ ਰਹੀ ਹੁਣ ਮੈਨੂੰ ਇਹ ਦੱਸੋ ਵੀ ਇਹਨੂੰ ਬਚਾ ਕੌਣ ਰਿਹਾ ਹੈ ਇਹਨੂੰ ਬਚਾ ਰਿਹਾ ਹਾਈ ਕੋਰਟ ਸੁਪਰੀਮ ਕੋਰਟ ਬਚਾ ਰਿਹਾ ਹੈ ਮੈਂ ਤਾਂ ਕਹਿੰਦੀ ਸਾਰੇ ਕਲਾਕਾਰਾਂ ਦੇ ਫੋਨ ਟੈਪ ਕਰਕੇ ਵੇਖੋ ਵੀ ਕਿਹਦਾ ਕਿਹਦਾ ਕਿਹਦੇ ਨਾਲ ਲੇਖਾ ਦੇਖਾ ਜੇ ਹੈਗਾ ਆ ਤਾਂ ਉਹਨਾਂ ਨੂੰ ਵੀ ਫੜੋ ਅਤੇ ਉਹਨਾਂ ਨੂੰ ਵੀ ਸਜ਼ਾ ਦਿਓ ਮੈਂ ਕਿੱਥੇ ਗਲਤ ਹਾਂ ਬਾਈ ਮੈਂ ਤਾਂ ਸੱਚ ਦਾ ਸਾਥ ਦਿੰਦੀ ਹਾਂ